ਲੇਡੀ ਜਨਾਨਾ ਜੇਲ ਜਿਹਨੂੰ ਕਹਿੰਦੇ ਆਪਾਂ ਉਹਦੀ ਦੀਵਾਰ ਦੇ ਨਾਲ ਕੋਈ ਅਣਪਛਾਤੇ ਜਿਹੜੇ ਲੋਕਾਂ ਵੱਲੋਂ ਫੈਂਕ ਕੇ ਸੁੱਟੇ ਗਏ ਸੀ ਅੰਦਰ ਉਹਨੂੰ ਖੋਲ੍ਹਣ ਦੇ ਵਿੱਚ ਉਹਨਾਂ ਤੋਂ ਤਕਰੀਬਨ 3 ਟੱਚ ਫੋਨ ਅਤੇ 5 ਕੀਪੈਡ ਵਾਲੇ ਫੋਨ ਟੋਟਲ 8 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਉਹਨਾਂ 'ਚੋਂ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜਾ ਦੂਜੇ ਨੂੰ ਜਦੋਂ ਖੋਲ੍ਹਿਆ ਤਾਂ ਉਹਦੇ ਜਰਦੇ ਦੀਆਂ 31 ਪੁੜੀਆਂ ਜਿਹੜੀਆਂ ਬਰਾਮਦ ਹੋਈਆਂ ਅਤੇ ਇੱਕ ਸਿਗਰਟ ਦੀ ਡੱਬੀ ਵੀ ਜਿਹੜੀ ਆ ਉੱਥੋਂ ਮਿਲੀ ਆ ਸੁਬਹਾ 6 ਵਜੇ ਦੇ ਕਰੀਬ ਜਿਹੜੀ ਲੇਡੀ ਜਨਾਨਾ ਜੇਲ੍ਹ ਜਿਹਨੂੰ ਕਹਿੰਦੇ ਆਪਾਂ ਉਹਦੀ ਦੀਵਾਰ ਦੇ ਨਾਲ ਕੋਈ ਅਣਪਛਾਤੇ ਆ ਜਿਹੜੇ ਲੋਕਾਂ ਵੱਲੋਂ ਫੈਂਕ ਕੇ ਸੁੱਟੇ ਗਏ ਸੀ ਅੰਦਰ ਜਿਹਦੇ 'ਚ ਇਹਨਾਂ ਨੂੰ 4 ਬਰਾਊਨ ਕਲਰ ਦੇ ਟੋਲ ਜਿਹੜੇ ਲਪੇਟੇ ਹੋਏ ਮਿਲੇ ਸੀਗੇ ਜਦੋਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ 2 ਲੇਡੀ ਕਾਂਸਟੇਬਲ ਸੀ ਜਿਹੜੇ ਕਮਲਜੀਤ ਕੌਰ ਅਤੇ ਬੇਅੰਤ ਕੌਰ ਜਿਹੜੀਆਂ ਜੇਲ੍ਹ ਵਾਰਡਨ ਸੀ ਇਹਨਾਂ ਨੇ ਜਦੋਂ ਚੈੱਕ ਕਰਕੇ ਜਾ ਕੇ ਡਿਪਟੀ ਸੁਪਰਡੈਂਟ ਸਾਹਿਬ ਕੋਲ ਪੇਸ਼ ਕੀਤੇ ਉਹ ਫੈਂਕ ਕੇ ਤਾਂ ਉਹਨੂੰ ਖੋਲ੍ਹਣ ਦੇ ਵਿੱਚ ਉਹਨਾਂ ਤੋਂ ਤਕਰੀਬਨ 3 ਟੱਚ ਫੋਨ ਅਤੇ 5 ਕੀਪੈਡ ਵਾਲੇ ਫੋਨ ਟੋਟਲ 8 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਉਹਨਾਂ 'ਚੋਂ ਅਤੇ ਕਰੀਬ ਅਡਾਪਟਰ 2 ਅਤੇ ਡਾਟਾ ਕੇਬਲਾਂ 6 ਜਿਹੜੀਆਂ ਉੱਥੋਂ ਬਰਾਮਦ ਹੋਈਆਂ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜਾ ਦੂਜੇ ਨੂੰ ਜਦੋਂ ਖੋਲ੍ਹਿਆ ਤਾਂ ਉਹਦੇ ਜਰਦੇ ਦੀਆਂ 31 ਪੁੜੀਆਂ ਜਿਹੜੀਆਂ ਬਰਾਮਦ ਹੋਈਆਂ ਅਤੇ ਇੱਕ ਸਿਗਰਟ ਦੀ ਡੱਬੀ ਵੀ ਜਿਹੜੀ ਆ ਉੱਥੋਂ ਮਿਲੀ ਆ ਸੋ ਇਹ 4 ਅਲੱਗ ਅਲੱਗ ਪੈਕਟਾਂ ਦੇ ਵਿੱਚ ਇਹਨਾਂ ਲਪੇਟੇ ਹੋਏ ਸੀਗੇ ਅਤੇ ਜਿਹਦੇ 'ਤੇ ਸਾਨੂੰ ਅਨੂ ਮਲਿਕ ਜੀ ਜਿਹੜੇ ਡਿਪਟੀ ਸੁਪਰਡੈਂਟ ਉਹਨਾਂ ਨੇ ਕੰਪਲੇਂਟ ਭੇਜੀ ਆ ਅਸੀਂ ਐੱਫ ਆਈ ਆਰ ਰਜਿਸਟਰ ਕੀਤੀ ਹੈ ਉਹਦੀ ਅੱਗੇ ਤਫਤੀਸ਼ ਕਰ ਰਹੇ ਇਹ ਕਿਵੇਂ ਜਾਂਦੇ ਨੇ ਉੱਥੋਂ ਦੀ ਜਿਹੜੇ ਅੰਦਰ ਜਿਹੜੇ ਕਹਿ ਰਹੇ ਨੇ ਇਹ ਹੁਣ ਅੱਗੇ ਇਨਵੈਸਟੀਗੇਸ਼ਨ 'ਚ ਹੀ ਪਤਾ ਲੱਗੂਗਾ ਜੀ ਜੋ ਉਹਨਾਂ ਦੇ ਦੱਸਣ ਮੁਤਾਬਕ ਤਾਂ ਵੀ ਕਿਸੇ ਅਣਪਛਾਤੇ ਬੰਦੇ ਨੇ ਦੀਵਾਰ ਦੇ ਉੱਪਰੋਂ ਦੀ ਫੈਂਕੇ ਆ ਵੀ ਉਹ ਜਦੋਂ ਇਹ ਗਸ਼ਤ ਕਰ ਰਹੇ ਸੀ ਇਹਨਾਂ ਨੂੰ ਮਿਲੇ ਅਤੇ ਫਿਰ ਜਿਹੜੇ ਮੋਬਾਈਲ ਨੇ ਜੀ ਇਹ ਵੈਰੀਫਿਕੇਸ਼ਨ ਵੀ ਹੋਊਗੀ ਜਿਵੇਂ ਕਿੱਥੋਂ ਹਾਂ ਜਿਹੜਾ ਇਹਨਾਂ ਨੇ ਫਸਟ ਇਨਫੋਰਮੇਸ਼ਨ ਦੇ ਵਿੱਚ ਲਿਖਿਆ ਵੀ ਆਈ ਐੱਮ ਈ ਨੰਬਰ ਜਿਹੜੇ ਸਕ੍ਰੈਚ ਕੀਤੇ ਹੋਏ ਸੀਗੇ ਬਾਕੀ ਹੁਣ ਉੱਥੋਂ ਜੇਲ੍ਹ ਦੇ ਉੱਪਰੋਂ ਜਿਹੜਾ ਇਹਨਾਂ ਨੇ ਸੀਲ ਕੀਤਾ ਉਹ ਸਾਰਾ ਲੈ ਕੇ ਅਸੀਂ ਸਾਈਬਰ ਸੈੱਲ ਨੂੰ ਭੇਜਾਂਗੇ ਉੱਥੋਂ ਸਾਈਬਰ ਦੀ ਜਿਹੜੀ ਰਿਪੋਰਟ ਆਊਗੀ ਉਹਦੇ 'ਚ ਕਲੀਅਰ ਹੋਊਗਾ ਵੀ ਕਿੱਥੋਂ ਖਰੀਦ ਕੀਤੇ ਗਏ ਫੋਨ ਜਾਂ ਕਿੱਥੋਂ ਅੱਗੇ ਉਹ ਚੱਲੇ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਵੇ ਫਰਦਰ ਅਸੀਂ ਫਿਲਹਾਲ ਤਾਂ ਮੋਬਾਈਲ ਉਹਨਾਂ ਤੋਂ ਆਪਣੇ ਕਬਜ਼ੇ 'ਚ ਲੈ ਕੇ ਅਸੀਂ ਜਿਹੜੇ ਸਾਡੀ ਸੈਂਟਰਲ ਲੈਬ ਆ ਫੋਰੈਂਸਿਕ ਦੀ ਉੱਥੇ ਭੇਜ ਰਹੇ ਹਾਂ ਕਿਉਂਕਿ ਜੇ ਆਈ ਐੱਮ ਈ ਨੰਬਰ ਹੁੰਦੇ ਤਾਂ ਡਿਟੇਲ ਕਢਵਾ ਕੇ ਉਹਦੇ 'ਚ ਪਤਾ ਲੱਗ ਜਾਂਦਾ ਵੀ ਉਹਦੇ 'ਚ ਕੋਈ ਸਿਮ ਪਹਿਲਾਂ ਪਿਆ ਜਾਂ ਨਹੀਂ ਅਤੇ ਹੁਣ ਜਿਹੜਾ ਜਦੋਂ ਸਾਈਬਰ ਤੋਂ ਚੈੱਕ ਹੋਊਗਾ ਵੀ ਇਹ ਕਿੱਥੋਂ ਬਣਿਆ ਫੋਨ ਜਾਂ ਕਿੱਥੋਂ ਇਸ਼ੂ ਹੋਇਆ ਉਹਦੇ ਤੋਂ ਅੱਗੇ ਫਿਰ ਗੱਲ ਚੱਲੂ ਲੇਡੀ ਜਨਾਨਾ ਜੇਲ੍ਹ ਜਿਹਨੂੰ ਕਹਿੰਦੇ ਆਪਾਂ ਉਹਦੀ ਦੀਵਾਰ ਦੇ ਨਾਲ ਕੋਈ ਅਣਪਛਾਤੇ ਆ ਜਿਹੜੇ ਲੋਕਾਂ ਵੱਲੋਂ ਫੈਂਕ ਕੇ ਸੁੱਟੇ ਗਏ ਸੀ ਅੰਦਰ ਤਾਂ ਉਹਨੂੰ ਖੋਲ੍ਹਣ ਦੇ ਵਿੱਚ ਉਹਨਾਂ ਤੋਂ ਤਕਰੀਬਨ 3 ਟੱਚ ਫੋਨ ਅਤੇ 5 ਕੀਪੈਡ ਵਾਲੇ ਫੋਨ ਟੋਟਲ 8 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਉਹਨਾਂ 'ਚੋਂ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜਾ ਦੂਜੇ ਨੂੰ ਜਦੋਂ ਖੋਲ੍ਹਿਆ ਤਾਂ ਉਹਦੇ ਜਰਦੇ ਦੀਆਂ 31 ਪੁੜੀਆਂ ਜਿਹੜੀਆਂ ਬਰਾਮਦ ਹੋਈਆਂ ਅਤੇ ਇੱਕ ਸਿਗਰਟ ਦੀ ਡੱਬੀ ਵੀ ਜਿਹੜੀ ਆ ਉੱਥੋਂ ਮਿਲੀ ਆ ਸੁਬਹਾ 6 ਵਜੇ ਦੇ ਕਰੀਬ ਜਿਹੜੀ ਲੇਡੀ ਜਨਾਨਾ ਜੇਲ੍ਹ ਜਿਹਨੂੰ ਕਹਿੰਦੇ ਆਪਾਂ ਉਹਦੀ ਦੀਵਾਰ ਦੇ ਨਾਲ ਕੋਈ ਅਣਪਛਾਤੇ ਆ ਜਿਹੜੇ ਲੋਕਾਂ ਵੱਲੋਂ ਫੈਂਕ ਕੇ ਸੁੱਟੇ ਗਏ ਸੀ ਅੰਦਰ ਜਿਹਦੇ 'ਚ ਇਹਨਾਂ ਨੂੰ 4 ਬਰਾਊਨ ਕਲਰ ਦੇ ਟੋਲ ਜਿਹੜੇ ਲਪੇਟੇ ਹੋਏ ਮਿਲੇ ਸੀਗੇ ਜਦੋਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ 2 ਲੇਡੀ ਕਾਂਸਟੇਬਲ ਸੀ ਜਿਹੜੇ ਕਮਲਜੀਤ ਕੌਰ ਅਤੇ ਬੇਅੰਤ ਕੌਰ ਜਿਹੜੀਆਂ ਜੇਲ੍ਹ ਵਾਰਡਨ ਸੀ ਇਹਨਾਂ ਨੇ ਜਦੋਂ ਚੈੱਕ ਕਰਕੇ ਜਾ ਕੇ ਡਿਪਟੀ ਸੁਪਰਡੈਂਟ ਸਾਹਿਬ ਕੋਲ ਪੇਸ਼ ਕੀਤੇ ਉਹ ਫੈਂਕ ਕੇ ਤਾਂ ਉਹਨੂੰ ਖੋਲ੍ਹਣ ਦੇ ਵਿੱਚ ਉਹਨਾਂ ਤੋਂ ਤਕਰੀਬਨ 3 ਟੱਚ ਫੋਨ ਅਤੇ 5 ਕੀਪੈਡ ਵਾਲੇ ਫੋਨ ਟੋਟਲ 8 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਉਹਨਾਂ 'ਚੋਂ ਅਤੇ ਕਰੀਬ ਅਡਾਪਟਰ 2 ਅਤੇ ਡਾਟਾ ਕੇਬਲਾਂ 6 ਜਿਹੜੀਆਂ ਉੱਥੋਂ ਬਰਾਮਦ ਹੋਈਆਂ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜਾ ਦੂਜੇ ਨੂੰ ਜਦੋਂ ਖੋਲ੍ਹਿਆ ਤਾਂ ਉਹਦੇ ਜਰਦੇ ਦੀਆਂ 31 ਪੁੜੀਆਂ ਜਿਹੜੀਆਂ ਬਰਾਮਦ ਹੋਈਆਂ ਅਤੇ ਇੱਕ ਸਿਗਰਟ ਦੀ ਡੱਬੀ ਵੀ ਜਿਹੜੀ ਆ ਉੱਥੋਂ ਮਿਲੀ ਆ ਸੋ ਇਹ 4 ਅਲੱਗ ਅਲੱਗ ਪੈਕਟਾਂ ਦੇ ਵਿੱਚ ਇਹਨਾਂ ਲਪੇਟੇ ਹੋਏ ਸੀਗੇ ਅਤੇ ਜਿਹਦੇ 'ਤੇ ਸਾਨੂੰ ਅਨੂ ਮਲਿਕ ਜੀ ਜਿਹੜੇ ਡਿਪਟੀ ਸੁਪਰਡੈਂਟ ਉਹਨਾਂ ਨੇ ਕੰਪਲੇਂਟ ਭੇਜੀ ਆ ਅਸੀਂ ਐੱਫ ਆਈ ਆਰ ਰਜਿਸਟਰ ਕੀਤੀ ਹੈ ਉਹਦੀ ਅੱਗੇ ਤਫਤੀਸ਼ ਕਰ ਰਹੇ ਇਹ ਕਿਵੇਂ ਜਾਂਦੇ ਨੇ ਉੱਥੋਂ ਦੀ ਜਿਹੜੇ ਅੰਦਰ ਜਿਹੜੇ ਕਹਿ ਰਹੇ ਨੇ ਇਹ ਹੁਣ ਅੱਗੇ ਇਨਵੈਸਟੀਗੇਸ਼ਨ 'ਚ ਹੀ ਪਤਾ ਲੱਗੂਗਾ ਜੀ ਜੋ ਉਹਨਾਂ ਦੇ ਦੱਸਣ ਮੁਤਾਬਕ ਤਾਂ ਵੀ ਕਿਸੇ ਅਣਪਛਾਤੇ ਬੰਦੇ ਨੇ ਦੀਵਾਰ ਦੇ ਉੱਪਰੋਂ ਦੀ ਫੈਂਕੇ ਆ ਵੀ ਉਹ ਜਦੋਂ ਇਹ ਗਸ਼ਤ ਕਰ ਰਹੇ ਸੀ ਇਹਨਾਂ ਨੂੰ ਮਿਲੇ ਅਤੇ ਫਿਰ ਜਿਹੜੇ ਮੋਬਾਈਲ ਨੇ ਜੀ ਇਹ ਵੈਰੀਫਿਕੇਸ਼ਨ ਵੀ ਹੋਊਗੀ ਜਿਵੇਂ ਕਿੱਥੋਂ ਹਾਂ ਜਿਹੜਾ ਇਹਨਾਂ ਨੇ ਫਸਟ ਇਨਫੋਰਮੇਸ਼ਨ ਦੇ ਵਿੱਚ ਲਿਖਿਆ ਵੀ ਆਈ ਐੱਮ ਈ ਨੰਬਰ ਜਿਹੜੇ ਸਕ੍ਰੈਚ ਕੀਤੇ ਹੋਏ ਸੀਗੇ ਬਾਕੀ ਹੁਣ ਉੱਥੋਂ ਜੇਲ੍ਹ ਦੇ ਉੱਪਰੋਂ ਜਿਹੜਾ ਇਹਨਾਂ ਨੇ ਸੀਲ ਕੀਤਾ ਉਹ ਸਾਰਾ ਲੈ ਕੇ ਅਸੀਂ ਸਾਈਬਰ ਸੈੱਲ ਨੂੰ ਭੇਜਾਂਗੇ ਉੱਥੋਂ ਸਾਈਬਰ ਦੀ ਜਿਹੜੀ ਰਿਪੋਰਟ ਆਊਗੀ ਉਹਦੇ 'ਚ ਕਲੀਅਰ ਹੋਊਗਾ ਵੀ ਕਿੱਥੋਂ ਖਰੀਦ ਕੀਤੇ ਗਏ ਫੋਨ ਜਾਂ ਕਿੱਥੋਂ ਅੱਗੇ ਉਹ ਚੱਲੇ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਵੇ ਫਰਦਰ ਅਸੀਂ ਫਿਲਹਾਲ ਤਾਂ ਮੋਬਾਈਲ ਉਹਨਾਂ ਤੋਂ ਆਪਣੇ ਕਬਜ਼ੇ 'ਚ ਲੈ ਕੇ ਅਸੀਂ ਜਿਹੜੇ ਸਾਡੀ ਸੈਂਟਰਲ ਲੈਬ ਆ ਫੋਰੈਂਸਿਕ ਦੀ ਉੱਥੇ ਭੇਜ ਰਹੇ ਹਾਂ ਕਿਉਂਕਿ ਜੇ ਆਈ ਐੱਮ ਈ ਨੰਬਰ ਹੁੰਦੇ ਤਾਂ ਡਿਟੇਲ ਕਢਵਾ ਕੇ ਉਹਦੇ 'ਚ ਪਤਾ ਲੱਗ ਜਾਂਦਾ ਵੀ ਉਹਦੇ 'ਚ ਕੋਈ ਸਿਮ ਪਹਿਲਾਂ ਪਿਆ ਜਾਂ ਨਹੀਂ ਅਤੇ ਹੁਣ ਜਿਹੜਾ ਜਦੋਂ ਸਾਈਬਰ ਤੋਂ ਚੈੱਕ ਹੋਊਗਾ ਵੀ ਇਹ ਕਿੱਥੋਂ ਬਣਿਆ ਫੋਨ ਜਾਂ ਕਿੱਥੋਂ ਇਸ਼ੂ ਹੋਇਆ ਉਹਦੇ ਤੋਂ ਅੱਗੇ ਫਿਰ ਗੱਲ ਚੱਲੂ